ਚ ਨਜ਼ਰ ਆ ਰਿਹਾ ਇਹ ਤਾਬੂਤ ਜਿਸ ਦੇ ਵਿੱਚ ਮਾਪਿਆਂ ਦੀ ਲਾਡਲੀ ਧੀ ਦੀ ਲਾਸ਼ ਹੈ ਜੋ ਕੈਨੇਡਾ ਤੋਂ ਲਾਸ਼ ਬਣ ਕੇ ਹੁਣ ਵਾਪਸ ਪਰਤੀ ਹੈ ਜੋ 2 ਸਤੰਬਰ 2023 ਨੂੰ ਵਿਦੇਸ਼ ਗਈ ਸੀ ਤੇ 2 ਸਤੰਬਰ 2024 ਚ ਹੁਣ ਲਾਸ਼ ਬਣ ਕੇ ਘਰ ਵਾਪਸ ਪਰਤੀ ਹੈ। ਦਰਅਸਲ ਬੀਤੇ ਜੁਲਾਈ ਮਹੀਨੇ ਦੇ ਵਿੱਚ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਨੇੜੇ ਇੱਕ ਸੜਕ ਹਾਦਸੇ ਦੇ ਵਿੱਚ ਗੁਰਦਾਸਪੁਰ ਦੇ ਪਿੰਡ ਸੁੱਖਾ ਚਿੜਾ ਦੀ 21 ਸਾਲਾ ਲੜਕੀ ਲਖਵਿੰਦਰ ਕੌਰ ਕੋਮਲ ਦੀ ਮੌਤ ਹੋ ਗਈ ਸੀ ਤੇ ਹੁਣ ਲਖਵਿੰਦਰ ਕੌਰ ਕੋਮਲ ਦੀ ਮ੍ਰਿਤਕ ਦੇ ਉਸਦੇ ਜੱਦੀ ਪਿੰਡ ਸੁੱਖਾ ਚਿੜਾ ਪਹੁੰਚੀ ਹੈ। ਉੱਥੇ ਧੀ ਨੂੰ ਤਾਬੂਤ ਦੇ ਵਿੱਚ ਬੰਦ ਹੋਏ ਵੇਖ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਅਤੇ ਇਲਾਕੇ ਦੇ ਲੋਕ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਖੜੇ ਸਨ ਅਤੇ ਇਸ ਮੌਕੇ ਹਰ ਇੱਕ ਦੀ ਅੱਖ ਨਮ ਸੀ। ਇਸ ਮੌਕੇ ਰੋਂਦੇ ਕਰਲਾਉਂਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਬੇਟੀ ਨੂੰ ਚੰਗੇ ਭਵਿੱਖ ਲਈ ਕਰਜ਼ਾ ਚੁੱਕ ਕੇ ਕੈਨੇਡਾ ਭੇਜਿਆ ਸੀ ਅਤੇ ਪਿਛਲੇ ਸਾਲ ਕੋਮਲ ਸਤੰਬਰ ਮਹੀਨੇ ਦੇ ਵਿੱਚ ਹੀ ਕੈਨੇਡਾ ਗਈ ਸੀ ਪਰ ਇਸ ਸਾਲ ਸਤੰਬਰ ਦੇ ਵਿੱਚ ਹੀ ਲਾਸ਼ ਬਣ ਕੇ ਵਾਪਸ ਪਰਤੀ ਹੈ ਅਤੇ ਉਹਨਾਂ ਤੇ ਹੁਣ ਇਹ ਦੁੱਖਾਂ ਦਾ ਪਹਾੜ ਟੁੱਟਿਆ। ਉੱਥੇ ਮ੍ਰਿਤਕ ਦੇ ਚਾਚਾ ਦਾ ਕਹਿਣਾ ਹੈ ਕਿ ਕੋਮਲ ਤੇ ਉਸਦੇ ਨਾਲ ਹੋਰ ਵੀ ਲੜਕੀਆਂ ਗੱਡੀ ਦੇ ਵਿੱਚ ਸਵਾਰ ਸਨ ਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਦਰਖਤ ਦੇ ਨਾਲ ਜਾ ਟਕਰਾਈ ਜਿਸ ਕਾਰਨ ਸੜਕ ਹਾਦਸਾ ਹੋ ਗਿਆ ਜਿਸ ਦੇ ਵਿੱਚ ਲਖਵਿੰਦਰ ਕੌਰ ਕੋਮਲ ਸਮੇਤ 3 ਲੜਕੀਆਂ ਦੀ ਮੌਤ ਹੋ ਗਈ ਸੀ। ਸਤੰਬਰ ਨੂੰ ਇੱਥੋਂ ਪਿਛਲੇ 2023 ਦੇ ਵਿੱਚ ਗਈ ਆ, 2 ਤਰੀਕ ਨੂੰ ਉੱਥੇ ਪਹੁੰਚੀ ਆ। ਅਸੀਂ ਤਾਂ ਉਹੀ ਬੱਚਿਆਂ ਨੂੰ ਬੱਚਿਆਂ ਬਾਰੇ ਸੋਚੀ ਦਾ ਵੀ ਚਲੋ ਬੱਚੇ ਗਾਂਹ ਵਧਣ ਜਾਂ ਕਿੱਦਾਂ ਕਰਨ, ਪੈਸੇ ਪੈਸੇ ਚੱਕ ਚੁੱਕ ਚੁਕਾ ਕੇ ਘੱਲੇ ਆ। ਕੰਮ ਮਿਲਿਆ ਨਹੀਂ ਪਹਿਲੋਂ 8-9 ਮਹੀਨੇ, ਜੇ ਹੁਣ ਕੰਮ ਮਿਲਿਆ ਤਾਂ ਬਹੁਤ ਦੂਰ ਥੋੜ੍ਹਾ ਜਿਹਾ ਦੂਰ ਜਾ ਕੇ ਅਤੇ ਰੋਜ਼ ਹੀ ਕੰਮ ਤੋਂ ਆਉਂਦੇ ਜਾਂਦੇ ਸੀ ਬੱਚੇ ਹੋਰ ਵੀ ਨਾਲ 2-3, ਅਤੇ ਇਹਨਾਂ ਦਾ ਹੁਣ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ, ਐਕਸੀਡੈਂਟ ਹੀ ਹੋਇਆ ਅਸੀਂ ਕਿਹੜਾ ਉੱਥੇ ਵੇਖਿਆ। ਬਾਕੀ ਹੁਣ ਮਹਾਰਾਜ ਨੂੰ ਜੋ ਮਨਜ਼ੂਰ ਆ, ਹੁਣ ਕੀ ਕਰ ਸਕਦੇ ਹਾਂ ਅਸੀਂ ਜਿੱਦਾਂ ਵੀ ਆ। ਡੈਡ ਬੋਡੀ ਦੇ ਲਿਆਉਣ ਦੇ ਵਿੱਚ ਆਪਦੀ ਕੁਝ ਕਿਸੇ ਨੇ ਮਦਦ ਕੀਤੀ ਸੀ? ਨਹੀਂ, ਕੋਈ ਮਦਦ ਨਹੀਂ ਸਾਡਾ, ਜੋ ਵੀ ਉਹਨਾਂ ਨੇ ਉੱਥੇ ਕੀਤਾ ਵਾ ਜਾਂ ਉਹਨਾਂ ਨੇ, ਅਸੀਂ ਤਾਂ ਇੱਥੋਂ ਸਾਨੂੰ ਪਤਾ ਹੀ ਨਹੀਂ ਕੀ ਉੱਥੇ ਹੋਇਆ ਕੀ ਨਹੀਂ ਹੋਇਆ। ਸਾਡੀ ਇੰਨਾ ਉੱਪਰ ਵਾਲੀ ਕਿਰਪਾ ਨਾਲ ਚਲੋ ਡੈਡ ਬੋਡੀ ਸਾਡੇ ਕੋਲ ਆ ਗਈ ਆ, ਅਸੀਂ ਵੇਖ ਲਿਆ ਆਪਣੀ ਡੈਡ ਬੋਡੀ ਕੁੜੀ ਨੂੰ। ਇੱਕ ਸਾਲ ਹੋਇਆ, ਇੱਕ ਨੂੰ ਇੱਧਰੋਂ ਘੱਲੀ ਸੀ, 2 ਨੂੰ ਪਹੁੰਚੀ, ਅੱਜ ਸਾਡੇ ਇੱਥੇ ਬਖਸ਼ੇ 'ਚ ਬੰਦ ਹੋ ਕੇ ਆ ਗਈ 2 ਤਰੀਕ ਨੂੰ। ਨਹੀਂ, ਸਟੱਡੀ ਬੈਸ 'ਤੇ ਗਏ ਗੇ, ਸਰਕਾਰਾਂ ਨੇ ਕੋਈ ਸੁੱਤੀਆਂ ਪਈਆਂ ਸਰਕਾਰਾਂ ਨੇ ਕੋਈ ਕੀ ਕਰਨਗੀਆਂ ਸਰਕਾਰਾਂ ਦੇ ਬੰਦੇ ਨੂੰ, ਹੁਣ ਜੋ ਵੀ ਆਪ ਹੀ ਕਰਨਾ ਪੈਂਦਾ, ਔਰ ਕੀ ਕਰੇ ਕੀ ਕਰ ਸਕਦੇ। ਇਹ ਹੀ ਆ ਹੁਣ, ਇੱਡਾ ਵੱਡਾ ਸਾਡੇ ਨਾਲ ਮਹਾਰਾਜ ਨੇ, ਉੱਪਰ ਵਾਲੇ ਨੇ ਬਹੁਤ ਵੱਡਾ ਸਾਡੇ ਨਾਲ ਕੀਤਾ, ਧੋਖਾ ਕੀਤਾ। ਸਾਨੂੰ ਤਾਂ ਪਤਾ ਹੀ ਨਹੀਂ ਇਸ ਕੰਮ ਦਾ, ਅਸੀਂ ਤਾਂ ਬੜੇ ਚਾਵਾਂ ਨਾਲ ਘੱਲੀ ਆ। ਅੱਜ ਪਹਿਲੋਂ ਮੈਂ ਚਾਹੁੰਦਾ ਵੀ ਨਾ ਹੀ ਜਾਵੇ, ਇੱਥੇ ਹੀ ਪੜ੍ਹ ਲਿਖ ਕੇ ਅਤੇ ਕੰਮ ਕਰੇ। ਨਹੀਂ, ਡੈਡੀ ਜਾਣਾ ਹੀ ਜਾਣਾ। ਖੜੇ ਪੈ ਗਏ ਬੱਚੇ ਇੱਕ ਦੂਜੇ ਵੱਲ ਵੇਖ ਕੇ, ਹੁਣ ਪਤਾ ਥੋੜ੍ਹੀ ਵੀ ਇਹਨੇ ਬੰਦ ਹੋ ਗਿਆ ਜਿਹੜਾ ਪੇਟੀ 'ਚ। ਮਾਂ ਬਾਪ ਤਾਂ ਕਰਦੇ ਹੀ ਆ ਬੱਚਿਆਂ ਵਾਸਤੇ, ਉਹਨਾਂ ਬਾਰੇ ਉਹ ਇੱਕ ਆਪਾਂ ਕਹਿ ਸਕਦੇ ਵੀ ਕੁੜੀਆਂ ਨੂੰ ਨਾ ਘੱਲੋ, ਆਪਣੇ ਬੱਚੇ ਜੀ ਦੇ 2-4 ਆ, ਇੱਕ ਅੱਧਾ ਘੱਲੋ, ਨਾ ਘੱਲੋ ਸਾਰਿਆਂ ਨੂੰ। ਹੁਣ ਅਸੀਂ ਤਾਂ ਹੈਗੇ, ਚਲੋ 2-3 ਬੱਚੇ ਆ ਮੇਰੇ, 2 ਗੁੱਡੀਆਂ, 1 ਵੱਡੀ ਆ, ਇਹਦੀ ਕਿਸਮਤ ਹੀ ਇੱਦਾਂ ਸੀ, ਕੀ ਕਰ ਸਕਦੇ ਹਾਂ। ਨਹੀਂ, ਇਹ ਛੋਟੀ ਗੁੱਡੀ ਸੀ, ਛੋਟੀ ਗੁੱਡੀ ਆ। ਵੱਡੀ ਗੁੱਡੀ ਨੂੰ ਪਹਿਲੋਂ ਘੱਲਣਾ ਸੀ, ਉਹਦੇ ਕੋਲ ਨਹੀਂ ਆਏ, ਨੰਬਰ ਨਹੀਂ ਆਏ ਉਹਦੇ ਕੋਲ, ਕੁਛ ਕੀਤਾ ਨੇ ਇਹਨੇ ਪਹਿਲੀ ਵਾਰੀ ਕਰਕੇ, ਇਹਦਾ ਅੰਜਲ ਹੀ ਇੰਨਾ ਸੀਗਾ, 4 ਮਹੀਨਿਆਂ ਦੇ ਵਿੱਚ ਬਣ ਕੇ ਅਤੇ ਉਹ ਗਈ ਹੈ, ਕੈਨੇਡਾ ਗਈ ਸੀ।
ਤੋੜਿਆ ਤੇ ਐਕਸੀਡੈਂਟ ਹੋਇਆ, ਮੈਨੂੰ ਕੀ ਪਤਾ ਹੁਣ ਗਾੜੀ ਕੀ ਹੋਇਆ ਵਾ, ਮੇਰੀ ਧੀ ਨਾਲ ਕੀ ਪਤਾ ਕੀ ਹੋਇਆ, ਮੈਨੂੰ ਇਹੋ ਆਉਂਦੇ ਐਕਸੀਡੈਂਟ ਹੋਇਆ। ਮੇਰੀ ਧੀ ਦਾ ਮੈਨੂੰ ਇਨਸਾਫ ਚਾਹੀਦਾ, ਹੋਰ ਨੀ ਮੈਨੂੰ ਕੁਛ ਵੀ ਚਾਹੀਦਾ। ਬੇਟੀ ਦੀ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਤੇ ਬਹੁਤ ਮਨ ਨੂੰ ਇਹ ਵੱਡਾ ਝਟਕਾ ਲੱਗਾ ਹੈ। ਮ੍ਰਿਤਕ ਦੇਹ ਦਾ ਜਦੋਂ ਅਸੀਂ ਸਰੀਰ ਵੇਖਿਆ ਹੈ ਤੇ ਸਾਰੇ ਪਰਿਵਾਰ ਦੀਆਂ ਜਿਹੜੀਆਂ ਨੇ ਧੁੱਬਾਂ ਨਿਕਲੀਆਂ ਵਾ, ਕਿਹਾ ਨਹੀਂ ਜਾ ਸਕਦਾ ਜੋ ਪਰਿਵਾਰ ਦੇ ਜੀ ਮਨ ਦੇ ਉੱਤੇ ਬੀਤਣ ਦੀ ਆ, ਇਹ ਅਸੀਂ ਸਾਰੇ ਆਪ ਪਰਿਵਾਰ ਦੇ ਜੀ ਜਾਣਦੇ ਹਾਂ। ਚਲੋ ਬਾਕੀ ਰੱਬ ਦਾ ਭਾਣਾ ਵਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਆ, ਦੇ ਮਹਾਂ ਵਾਕਾਂ ਅਨੁਸਾਰ ਗੁਰਬਾਣੀ ਦਾ ਭਾਣਾ ਜਿਹੜਾ ਵਾ ਨਾ ਉਹ ਮੰਨਣਾ ਪੈਣਾ ਵਾ।